ਚੈੱਕ ਕਰੋ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ? ਤਬੀਅਤ ਸੇ ਠੀਕ ਹੈ? ਉਮੀਦ ਹੈ ਖੈਰ ਖਰੀਏ ਤੁਹਾਨੂੰ ਸੋਚ ਰਹੇ ਮਜ਼ੇਦਾਰ ਅਤੇ ਸੁਬਹ ਸੁਬਹ ਦਾ ਵਲੌਗ ਜੀ ਕਰਦੇ ਪਏ ਹਾਂ ਸ਼ੁਰੂ। ਸਾਰੇ ਭੈਣ ਭਾਈਆਂ ਨੂੰ ਸਾਡੀ ਤਰਫੋਂ ਗੁੱਡ ਮਾਰਨਿੰਗ। ਅਤੇ ਬਕਾਇਆ ਜੀ, ਅੱਜ ਗੁੱਡ ਮਾਰਨਿੰਗ ਕਰਨ ਦਾ ਤਕਰੀਬਨ ਕੋਈ 15-16 ਮੇਰੇ ਵਲੌਗ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਮੈਂ ਗੁੱਡ ਮਾਰਨਿੰਗ ਨਹੀਂ ਆਖਿਆ। ਔਰ ਅੱਜ ਕੱਲ੍ਹ ਚੈੱਕ ਕਰੋ ਜੀ, ਕਿਹੜਾ ਬੰਦਾ ਹੈ, ਕਿਹੜਾ ਬੰਦਾ ਹੈ, ਕਿਹੜਾ ਬੰਦਾ ਹੈ। ਉਹ ਬੰਦਾ ਜੀ ਠੀਕ ਹੋ ਗਿਆ ਸਾਡਾ ਜਿਹੜਾ। ਅਸਲਾਮੁਅਲੈਕੁਮ ਮੇਰੇ ਸੋਹਣੇ ਦੀਆਂ ਪੁੱਤਰ, ਠੀਕ ਹਨ, ਖੁਸ਼ ਹਨ, ਜਿੱਥੇ ਰਹਿਣ ਖੁਸ਼ ਰਹਿਣ ਆਬਾਦ ਰਹਿਣ, ਮੇਰੀਆਂ ਦੁਆਵਾਂ ਮੇਰੇ ਦੀਆਂ ਪੁੱਤਰਾਂ ਦੇ ਨਾਲ ਨਾਲ। ਅਤੇ ਅੱਜ ਮੇਰੀ ਕੋਈ ਸਿਹਤ ਸਹੀ ਹੋਈ ਹੈ ਅਤੇ ਅੱਲਾ ਪਾਕ ਦਾ ਲੱਖ ਲੱਖ ਕਿਸਾਨ ਹੈ, ਅਲੀ ਸਿਰ ਨੂੰ ਚੱਕਰ ਆਉਂਦੇ ਨੇ ਅਤੇ ਮੁੜ ਕੰਮ ਕੋਈ ਕਰਾਂ ਨਾਲ ਹੀ ਹੈ ਕੋਈ ਨਾ। ਅਤੇ ਅੱਜ ਜੀ ਮੈਂ ਚੌਥੇ ਦਿਨ ਪਿੱਛੋਂ ਝਾੜੂ ਲਗਾ ਰਹੀ। ਹਾਂਜੀ, ਝਾੜੂ ਲਾ ਦਿਓ ਜੇ ਮਿੰਟ ਮਾਰੋ ਢਿੱਲੇ ਕਿਉਂ ਨੇ। ਅਤੇ ਮੈਂ ਜੀ ਜਾ ਰਿਹਾ ਜੀ ਦਾਤਨ ਮਿਸਵਾਕ ਬਣਾਉਣ, ਕਿਉਂਕਿ ਨਾ ਮੇਰੇ ਦੰਦ ਬਿਲਕੁਲ ਪੀਲੇ ਛੀਲੇ ਹੋਏ ਪਏ ਨੇ। ਮੈਂ ਕਿਹਾ ਨਾ, ਕਿਉਂਕਿ ਨਾ ਟਾਈਮ ਲੱਗਿਆ ਨਹੀਂ, ਸੁਬਹਾ ਸੁਬਹ ਉੱਠਣਾ, ਨਾਸ਼ਤਾ ਬਣਾਉਣਾ, 4-5 ਦਿਨ ਹੋ ਗਏ ਮੈਂ ਮਿਸਵਾਕ ਕੀਤਾ ਹੀ ਨਹੀਂ, ਕਿਉਂਕਿ ਮੈਂ ਤਾਂ ਟੂਬ ਬੁਰਸ਼ ਕਦੇ ਕੀਤਾ ਹੀ ਨਹੀਂ, ਕਿਉਂਕਿ ਮੈਂ ਟੂਬ ਬੁਰਸ਼ ਵੈਸੇ ਖਿਲਾਫ ਹਾਂ, ਕਿਉਂਕਿ ਉਹਦੇ ਨਾਲ ਨਾ ਬਿਮਾਰੀਆਂ ਸ਼ਿਮਾਰੀਆਂ ਹੁੰਦੀਆਂ ਨੇ। ਆਪਾਂ ਤਾਂ ਵੈਸੇ ਦੀ ਗੱਲ ਹੈ ਮਿਸਵਾਕ ਕਰ ਰਹੇ ਹਾਂ, ਅਤੇ ਪਹਿਲੇ ਨੰਬਰ 'ਤੇ ਜਾਂ ਫਿਰ ਨਿੰਮ ਵੱਲੇ ਜਾਂਦੇ ਹਾਂ ਅਤੇ ਜਾਂ ਫਿਰ ਕਿਸੇ ਜੰਮੂ 'ਤੇ ਜਾਂਦੇ ਹਾਂ, ਕਿਉਂਕਿ ਨਿੰਮ ਔਰ ਜੰਮੂ ਦਾ ਜਿਹੜਾ ਨਾ ਦਾਤਨ, ਇਹ ਸਭ ਨਾਲੋਂ ਅੱਛਾ ਦਾਤਨ ਹੁੰਦਾ ਹੈ। ਅਤੇ ਮੈਂ ਕਿਹਾ ਜੀ ਪਹਿਲੇ ਤਾਂ ਨਿੰਮ 'ਤੇ ਜਾਂਦੇ ਹਾਂ, ਕਿਉਂਕਿ ਕੌੜਾ ਕੌੜਾ ਸੁਬਹਾ ਨਾਲ ਕੌੜਾ ਕੌੜਾ ਮੁੱਕਰ ਗਿਆ, ਔਰ ਪਤਾ ਨਹੀਂ ਕੌਣ ਆਇਆ ਰਾਤੀ। ਅੱਛਾ 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 ਅੱਛਾ, ਠੀਕ ਹੋ ਗਿਆ ਜੀ। ਔਰ ਜੀ ਰਾਤੀ ਨਾ ਮੇਲੇ 'ਤੇ ਗਏ ਸਾਂ, ਅਤੇ ਮੇਲੇ ਤੋਂ ਹਟ ਕੇ ਵਾਪਸ ਆਇਆ, ਅਤੇ ਹੁਣ ਜਿਹੜਾ ਨਾ ਮੈਂ ਰਾਤ ਨੂੰ ਤਾਂ ਨਹੀਂ ਗਿਆ ਸਾਂ, ਸਿਰਫ ਔਰ ਸਿਰਫ ਜਿਹੜਾ ਯਾਰ ਦੋਸਤ ਨਾਲ ਸਨ, ਔਰ ਅਸੀਂ ਜਿਹੜਾ 2-3 ਜਣੇ ਗਏ, ਔਰ ਸਿਰਫ ਔਰ ਸਿਰਫ ਜਿਹੜਾ ਉੱਥੇ ਜਲੇਬੀ ਥੋੜ੍ਹੀ ਜਿਹੀ ਲਈ, ਉਹਨੇ ਵੀ ਨਹੀਂ ਖਵਾਈ, ਅਤੇ ਮੈਂ ਕਿਹਾ ਚਲੋ ਠੀਕ ਹੈ ਕੋਈ ਤਾਂ ਵੀ ਨਹੀਂ ਖਵਾਵਾਂ, ਜਲੇਬੀ ਜਲੂਬੀ ਖਾਧੀ ਅਤੇ ਵਾਪਸ ਆ ਗਿਆ। ਬਸ ਹੋਰ ਕੁਛ ਨਹੀਂ ਕੀਤਾ, ਨਾ ਹੀ ਐਡਾ ਵੱਡਾ ਮੇਲਾ ਹੈ ਵੀ ਰਾਤ ਨੂੰ ਕੋਈ ਅਖਾੜਾ ਵਗੈਰਾ ਹੋਵੇ ਜਾਂ ਫਿਰ ਕੋਈ ਰਾਤ ਨੂੰ ਖੇਲ ਵਗੈਰਾ ਹੋਵੇ, ਲੇਕਿਨ ਉਹ ਕੋਈ ਚੀਜ਼ ਕੋਈ ਨਹੀਂ ਹੈਗੀ ਸੀ। ਅਸੀਂ ਫਿਰ ਕਿਹਾ ਵੀ ਸਾਨੂੰ ਰੁਕਣ ਦਾ ਕੋਈ ਫਾਇਦਾ ਨਹੀਂ ਹੈ, ਅਸੀਂ ਘਰ ਜਾਂਦੇ ਹਾਂ, ਕੋਈ ਘਰ ਮਾਂ ਜੀ ਇਕੱਲੇ ਨੇ, ਸਿਰਫ ਔਰ ਸਿਰਫ ਜਿਹੜਾ 5-6 ਮਿੰਟ ਬਸ। ਤਾਂ ਚਲੋ ਜੀ ਇਨ ਸ਼ੁਰੂ ਇਸ ਨਿੰਮ ਸੁਬਹ ਸੁਬਹ ਕੇ ਸਾਥ। ਅੱਜ ਇਹ ਸੰਡੇ, ਤਾਂ ਬੱਚਿਆਂ ਨੂੰ ਜੀ ਨਾ ਛੁੱਟੀ ਹੈ, ਬੱਚੇ ਜੇ ਨਾ ਕੋਈ ਨਹੀਂ ਇੱਥੇ ਫਿਰਦੇ ਸ਼ਿਰਦੇ, ਅਸੀਂ ਕਿੱਥੇ ਹੋਏ ਉੱਦਾਂ ਤੁਹਾਨੂੰ ਜੀ ਉੱਦਾਂ ਤੁਹਾਨੂੰ ਜੇ ਤੁਹਾਨੂੰ ਐਂ ਬੈਠੇ ਤੁਹਾਨੂੰ ਹਾਂਜੀ। ਅਤੇ ਅਲਹਮਦੁਲਿਲਾ ਜੀ ਦਾਤਨ ਜਿਹੜਾ ਬਣਾ ਲਿਆ ਬਿਲਕੁਲ ਡੀਂਗਾ ਪੀਂਗਾ ਜਿਹਾ, ਕਿਉਂਕਿ ਨਾ ਸਿੱਧਾ ਦਾਤਨ ਲੱਭਿਆ ਨਹੀਂ, ਮੈਂ ਕਿਹਾ ਚਲੋ ਜਿਹੜਾ ਫਿਰ ਡੀਂਗਾ ਹੀ ਡੀਂਗਾ ਹੀ ਚੱਲੇ, ਕੋਈ ਨਹੀਂ ਮਸਲਾ ਨਹੀਂ। ਅਤੇ ਮੈਂ ਕਿਹਾ ਜੀ ਆਓ ਜੀ ਦਾਤਨ ਕਰਨਾ ਚਾਹੁੰਦੇ ਕੌੜਾ ਕੌੜਾ ਸੁਬਹਾ ਦੇ ਨਾਲ, ਕਿਉਂਕਿ ਜਦੋਂ ਸੁਬਹਾ ਨਾਲ ਕੌੜਾ ਦਾਤਨ ਕਰਕੇ ਵੋਕ 'ਤੇ ਟੁਰਨਾ ਨਾ, ਮੈਂ ਕਹਿੰਦਾ ਅਲੱਗ ਹੀ ਮਜ਼ਾ ਹੈ। ਔਰ ਜੀ ਮੈਂ ਜਾ ਰਿਹਾ ਹੁਣ ਜੀ ਵੋਕ ਕਰਨ, ਇਹ ਜੀ ਮੇਰਾ ਮੈਂਡਰ ਮੇਰਾ ਮੁੰਤਜ਼ਰ ਹੈ, ਪਿਆਂਦਾ ਵਕਤ ਤੂੰ ਆ ਜਾ, ਚੱਲ ਵੋਕ ਤਾਂ ਕਰ ਲੈ, ਹੋਰ ਤਾਂ ਕੁਛ ਕਰਨਾ ਜਾਂ ਨਹੀਂ ਕਰਨਾ। ਮੈਂ ਵੀ ਕਿਹਾ ਚਲੋ ਠੀਕ ਹੈ ਜੀ ਵੋਕ ਤਾਂ ਸੁਬਹਾ ਸੁਬਹਾ ਹੀ ਦੁੱਧ ਹੈ ਇਹਨਾਂ ਵੱਡੀ ਗਏ ਰੇੜੀ ਵੱਡੀ ਨਿੱਕੀ ਖੋਤੀ ਵੱਡੀ ਕੀ ਮਸਲਾ। ਬਕਾਇਆ ਗੱਲਾਂ ਸਾਰੀਆਂ ਛੱਡੋ, ਜਿੰਨਾ ਦਾਤਨ ਕੌੜਾ ਨਾ ਇਹਨੇ ਕੋਈ ਸ਼ਾਇਦ ਨਹੀਂ ਕੌੜੀ, ਉਹ ਸੁਬਹ ਨਾਲ ਮੂੰਹ ਦਾਣਾ ਇਹਨੇ ਸਤਿਆਨਾਸ਼ ਮੇਰੇ ਤੋਂ ਕਰ ਦਿੱਤਾ, ਪਰ ਕੀ ਪਤਾ ਮਜਬੂਰੀ ਪਈ ਮਾਰਨਾ ਪੈਂਦਾ ਰਾਤ ਨੂੰ ਦਾ ਕਰਨਾ ਪੈਂਦਾ। ਅੱਲਾ ਤੋਬਾ, ਨਵੇਂ ਤੋਂ ਨਵਾਂ ਕੰਕਾਲ
ਖੋਪੜੀ ਆਈ ਪੀ ਹੁੰਦੀ ਹੈ। ਇਹ ਵੇਖ ਲਓ ਜੀ, ਬੱਕਰੇ ਦੀ ਸਿਰੀ ਦੇ ਦੰਦ ਹੈ ਏਡੇ ਵੱਡੇ ਵੱਡੇ, ਪੈਰ ਨਾਲ ਇਹਨੂੰ ਕਹਿੰਦੇ ਕੋਈ ਕੇਜਨ ਪਲੀਤ ਹੈ। ਸੁਬਹ ਸੁਬਹ ਦੇ ਨਾਲ ਬਖਤੂ ਇੰਨਾ ਐਕਟਿਵ ਹੋਇਆ, ਖਲਾਨਾ ਵੀ ਗੱਲ ਛੱਡ ਦਿਓ, ਇੰਨਾ ਇੰਨਾ ਸੋਚ ਸੋਚ ਨਹੀਂ ਸੀ ਜਿੰਨਾ ਜਿੰਨਾ ਹੁਣ ਐਕਟਿਵ ਹੋ ਗਿਆ ਬਈ। ਪਤਾ ਹੀ ਨਹੀਂ ਲੱਗ ਰਿਹਾ ਬਖਤੂ ਹੁਣ ਸੁੱਤਾ ਹੋਇਆ ਜਾਂ ਜਾਗਦਾ, ਕੋਈ ਮਸਲਾ ਨਹੀਂ। ਤਾਂ ਚੈੱਕ ਕਰੋ ਮੁੰਜੀ ਕਿੰਨੀ ਖਲੀ, ਮਾਸ਼ਾਅੱਲਾਹ। ਇਹ ਜੀ ਮੇਰਾ ਸਕੂਲ ਹੈ ਜਿਹਦੇ ਮੈਂ ਨਾ ਪੜ੍ਹਦਾ ਸਾਂ, ਚੈੱਕ ਕਰੋ ਜੀ, 2 ਪਿਕਸਲ ਕਰਦੇ ਆ ਮਾਸ਼ਾਅੱਲਾਹ। ਉਹ ਵੀ ਦੌਰ ਆ ਕੇ ਮੈਂ ਵੀ ਇੱਥੇ ਨਾ ਕਿਤਾਬਾਂ 'ਚ ਆ ਕੇ ਸੁਬਹ ਨਾਲ ਜਾਂਦਾ ਸਕੂਲੇ ਵੱਜ ਜਾਂਦਾ, ਲੇਕਿਨ ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ। ਹੁਣ ਤਾਂ ਬਈ ਦਾਤਣ ਕਰਨੇ ਆ ਅਤੇ ਵਾਕ ਕਰਨੇ ਆ। ਔਰ ਜੀ ਇਹ ਬੰਦਾ ਰਾਤ ਨੂੰ ਮਹਿੰਦੀ 'ਤੇ ਰੁਕਿਆ ਰਿਹਾ, ਲੇਕਿਨ ਮੈਂ ਜਾਂਦਾ ਕੋ ਨਹੀਂ। ਹਾਂਜੀ, ਤੁਸੀਂ ਰਾਤੀ ਕੀ ਬਣਿਆ? ਰਾਤੀ ਬਸ ਜਲੀਲ ਹੀ ਹੋਏ ਆ ਬਈ, ਹਨੇਰੀ ਬੜੀ ਸੀ ਅਤੇ ਅੱਲਾਹ ਅੱਲਾਹ ਕਰਦੇ ਵਾਪਸ ਆ ਗਏ। ਹਨੇਰੀ ਹਨੇਰੀ ਬੜੀ ਆਉਂਦੀ ਹੈ, ਨਿੱਕ ਸੀ ਨਾ ਰਾਤ ਨੂੰ ਵੀ ਗੱਲ ਛੱਡ ਦਿਓ, ਮੇਲੇ ਤੇ ਭਾਈ ਮੋਟਰਸਾਈਕਲ ਅਸੀਂ ਗਲਾ ਦਿੱਤਾ ਗਾਲਾ ਆ ਗਿਆ। ਅਸੀਂ ਉੱਥੇ ਗਏ ਚਲੇ ਸ਼ਾਦੀ ਤੇ, ਮੰਗਾ ਮਹਿੰਦੀ ਹੈਗੀ ਸੀ ਤੇ ਉੱਥੇ ਅਸੀਂ ਗਏ ਤੇ ਇੱਕ ਮਹਿੰਦੀ ਹੈ ਲਿਆਂਦੀ ਤੇ ਨਾ ਆਉਣੀ ਸਨ ਤੇ ਹਨੇਰੀ ਆ ਗਈ। ਅਸੀਂ ਤਾਂ ਫਿਰ ਨਾ ਉੱਥੋਂ ਬੜੇ ਔਖੇ ਮੁਸ਼ਕਲ ਨਿਕਲੇ ਆ, ਰਾਤ ਨੂੰ ਹਨੇਰੀ ਆ ਗਈ ਯਾਰ, ਬੜਾ ਮੁਸ਼ਕਲ ਜਿਹਾ ਨਾ ਉੱਥੋਂ ਨਿਕਲੇ ਸਨ। ਹਾਂਜੀ, ਤੇ 12 ਵਜੇ ਅਸੀਂ ਆ ਕੇ ਘਰ ਵੜੇ ਆ। ਇਹ ਵੀ ਗੱਲ ਚੰਗੀ, ਘਰੋਂ ਲਿੱਤਰ ਨਹੀਂ ਪਿਆ, ਲਿੱਤਰ ਅਸੀਂ ਘਰ ਗਏ ਨਹੀਂ, ਅਸੀਂ ਬਾਹਰ ਬੈਠ ਕੇ ਸੌ ਗਏ ਆ। ਤੁਸੀਂ ਬਈ ਚੰਗੇ ਰਹਿ ਗਏ ਜੇ ਜਿਹੜਾ ਬੈਠਣ ਸੌ ਗਏ, ਘਰੇ ਜਾਂਦੇ ਰਹਿੰਦੇ ਨਾ, ਸ਼ਤਰੋਲ ਹੋਈ ਸੀ, ਸ਼ਤਰੋਲ ਕੀ ਬੜੀ ਹੈ, ਸੁਬਹ ਨਾਲ ਬੜੀ ਬੇਇੱਜ਼ਤੀ ਹੋਈ ਇੱਕ ਵਾਰੀ। ਹਾਂ, ਪਰ ਇੱਕ ਵਾਰ ਨਾਸ਼ਤਾ ਕਰਕੇ ਘਰੋਂ ਆਇਆ ਤੇ ਹੁਣ ਦੁਬਾਰਾ ਫਿਰ ਰੋਟੀ ਖਾਣੀ ਹੈਗੀ। ਹਾਂਜੀ ਹਾਂਜੀ ਹਾਂਜੀ, ਤੇ ਜ਼ਹਿਰ ਦਾ ਪੌਦਾ ਸਾਹਮਣੇ, ਤਕਰੀਬਨ ਇਹਨੂੰ ਕਹਿੰਦੇ ਅਸੀਂ ਅੱਕ ਦਾ ਬੂਟਾ, ਤੇ 2-3 ਉਹ ਖਲੇ ਨੇ ਸਾਹਮਣੇ। ਅੱਗੇ ਚਲੋ ਜੀ, ਠੀਕ ਤੁਸੀਂ ਵੇਖ ਲੈ ਜਿਹੜੀ ਆਂਧੀ ਆਈ ਨਾ, ਉਹਨੇ ਸਾਡਾ ਸਾਰਾ ਸਾਰਾ ਕੰਮ ਖਰਾਬ ਕਰਤਾ। ਅੱਗੇ ਉਹ ਟਹਿਣਾ ਟੁੱਟਿਆ, ਹੁਣ ਆ ਛੋਟਾ ਟੁੱਟ ਗਿਆ। ਚੈੱਕ ਕਰ ਲਓ ਜੀ ਸਾਹਮਣੇ, ਚੈੱਕ ਕਰੋ ਜੀ, ਇਹਨੂੰ ਜਿਹੜਾ ਹੁਣ ਖਿੱਚ ਕੇ ਲਿਆਉਂਦੇ ਹਾਂ ਥੱਲੇ, ਕਿਉਂਕਿ ਉੱਪਰ ਤਾਂ ਫਿਰ ਵਾਸ਼ਰੂਮ ਹੈ ਅਤੇ ਵਾਸ਼ਰੂਮ ਫਿਰ ਯੂਜ਼ ਵੀ ਕਰਨਾ ਹੁੰਦਾ, ਅਤੇ ਇਹਦੇ ਨਾਲ ਸਾਨੂੰ ਬੜਾ ਕੰਮ ਖਰਾਬ ਕਰਨਾ ਕਿਤੇ ਖੜਾ। ਅਜਾ ਚਲੋ ਜੀ, ਐਡਾ ਕੋਈ ਜ਼ਲੀਲ ਕਿਸਮ ਦਾ ਹੈ ਨਾ ਵੀ ਗੱਲ ਛੱਡ ਦਿਓ। ਅਸੀਂ ਇਹਨੂੰ ਨਾ ਤੱਕ ਤੱਕ ਕੇ ਥੱਲੇ ਖੜਿਆ, ਗਰੀਬ ਤੰਗ ਕਰ ਲਿਆ। ਓਏ ਆ ਜਾ ਬਈ ਆ ਜਾ, ਗਿਆ ਫਸੇ ਉਹ ਆਖਿਆ ਉਹਨੇ ਤੂੰ ਰੁਕੀ ਤੇ ਸ਼ੀਂਹ ਤੇ ਪੈ ਗਈ। ਉਹ ਗੱਲ ਮੇਰੇ ਨਾਲ ਹੋਈ ਹੈ, ਛੱਡ ਦੇ ਜਾਨ।
ਇੱਥੇ ਜੀ ਰੱਖ ਦਿੰਦੇ ਹਾਂ ਕਿਉਂਕਿ ਨਾ ਇਹ ਵੈਸੇ ਗਿੱਲੀ ਜਾਣ ਆਰਾਮ ਸਕੂਨ ਨਾਲ ਸੁੱਕ ਜਾਵੇਗਾ, ਇਹ ਨਹੀਂ ਵੀ ਇਹ ਗਿੱਲਾ ਰਹੇਗਾ ਸੁੱਕ ਜਾਵੇਗਾ। ਅੱਗੇ ਤਾਂ ਕਾਫੀ ਦੇਰ ਜਾਣਾ ਇਹ ਗਿੱਲਾ ਰਿਹਾ ਲੇਕਿਨ ਹੁਣ ਸੁੱਕ ਗਿਆ, ਤਾਂ ਉਸ ਤੋਂ ਬਾਅਦ ਜਾਣਾ ਸੀ ਇਹਨੂੰ ਬਾਲ ਲਵਾਂਗੇ ਕਿ ਐ ਤਾਂ ਕਾਫੀ ਸਾਰਾ ਜਾਣਾ ਪਰਲਾ ਤਾਂ ਟਾਈਮ ਸੁੱਕ ਗਿਆ। ਕਿਉਂ ਮਾਂ ਜੀ? ਹਾਂਜੀ ਹੁਣ ਕੀ ਕਰੂ? ਚਰਾਠੀ ਇੱਕ ਮਿੰਟ ਜੀ, ਪਤਲੀ ਪਤਲੀ ਪਤੰਗ ਐ ਸਹੀ ਹੈ। ਚਿੜੀਆਂ ਲਾਲੀਆਂ ਇੰਨੀਆਂ ਕੁ ਆ ਗਈਆਂ ਨਾ, ਇਹ ਗੱਲ ਛੱਡ ਜਾ। ਔਰ ਮਾਂ ਜੀ ਨੇ ਨਾ ਇਹ ਸਿਰ ਦਿੱਤੀਆਂ ਦੂਸਰੀਆਂ ਇਹ ਰੋਟੀਆਂ ਜੀਆਂ ਅਤੇ ਉੱਤੇ ਰਸ਼ ਕੀਤੀ ਖੜੀਆਂ ਨੇ। ਮਾਂ ਜੀ ਅੱਜ ਕਸਮੇ ਨਾ ਦੋ ਤਿੰਨ ਦਿਨ ਬਾਅਦ ਮਾਂ ਜੀ ਠੀਕ ਹੋਏ ਨਾ ਅਤੇ ਮੇਰੇ ਦਿਲ 'ਚ ਇੰਨੀ ਖੁਸ਼ੀ ਆਈ ਨਾ ਵੀ ਗੱਲ ਛੱਡ ਦੇ। ਹੈਂ ਚਾਰ ਦਿਨ ਬਾਅਦ ਕਹਿੰਦਾ ਅੰਮੀ ਜਾਨ ਠੀਕ ਠਾਕ ਹੋ ਗਈ, ਪਿਛਲੇ ਵੀ ਲਾ ਗਈ ਤਾਂ ਅੰਮੀ ਜਾਨ ਜਾਣਾ ਬਿਲਕੁਲ ਕਮਜ਼ੋਰ ਜੇ ਕਿਸਮ ਲੇਕਿਨ ਅੱਜ ਵਾਲੇ ਵਿਲਾ ਵਿੱਚ ਅੱਛੇ ਜੀ। ਅੱਜ ਇਹਨਾਂ ਨੈੱਟ ਦੀ ਜਿਹੜਾ ਕਾਫੀ ਸਾਰੀ ਪ੍ਰੋਬਲਮ ਚੱਲੀ ਖੜੀ, ਪਤਾ ਨਹੀਂ ਕੀ ਮਸਲਾ ਬਣਿਆ ਖੜਾ, ਇਹਨਾਂ ਤਾਂ ਮੈਨੂੰ ਨਹੀਂ ਪਤਾ ਲੇਕਿਨ ਅੱਛੀ ਗੱਲ ਤਾਂ ਨਹੀਂ ਕਿ ਨੈੱਟ ਬੰਦ ਹੋ ਜਾਂਦਾ ਅਤੇ ਫਿਰ ਸਾਡੇ ਕੋਲ ਜਿਹੜੀ ਵੀਡੀਓ ਨਾ ਉਹ ਅਪਲੋਡ ਵੀ ਨਹੀਂ ਹੁੰਦੀ। ਕੋਸ਼ਿਸ਼ ਕੋਸ਼ਿਸ਼ ਕਰਨੇ ਹਾਂ ਜੇ ਵੀਡੀਓ ਅਪਲੋਡ ਹੋ ਗਈ, ਅਗਰ ਜੇ ਨਾ ਹੋਈ ਤਾਂ ਫਿਰ ਅੱਲਾਹ। ਪਿਆਰੀ ਮਾਂ ਕੀ ਕਰ ਰਹੇ ਹੋ? ਓ ਰੋਟੀਆਂ ਪਕਾਓ, ਓ ਜਲਦੀ ਕਰੋ, ਭੁੱਖੀ ਲੱਗ ਗਈ, ਕੱਲ ਤਾਂ ਮੈਂ ਟਾਈਮ ਨਾਲ ਪਕਾਣੀਆਂ ਸਨ। ਅੱਛਾ ਲੇਕਿਨ ਮਾਂ ਜੀ ਨਾ ਦਰਦ ਹੈ ਵੀ ਨਾ ਤੇ ਚੁੱਪ ਕਰਕੇ ਨਾ ਇੱਕ ਤਰ੍ਹਾਂ ਦਾ ਨਾ ਬਸ ਕੰਮ ਕਰ ਰਹੇ ਨੇ। ਕਹਿੰਦੇ ਨੇ ਬਖਤੂ ਤੰਗ ਨਾ ਹੋਵੇ ਨਾ ਦਲੀਲ ਹੋਵੇ, ਬਖਤੂ ਜਿੰਨਾ ਖੁਸ਼ ਖੁਸ਼ ਰਵੇ, ਤੇ ਮੈਂ ਜਿੰਨਾ ਅੱਜ ਕਸਮੇ ਖੁਦਾ ਦੀ ਇੰਨਾ ਖੁਸ਼ ਹਾਂ ਦੀ ਗੱਲ ਛੱਡ ਦਿਓ। ਅੱਗੇ ਮੇਰਾ ਦਿਲ ਨਿਰਾਸ਼, ਮੈਂ ਬੜਾ ਸੋਚ 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 ਕੇ ਪਰੇਸ਼ਾਨ, ਲੇਕਿਨ ਅੱਜ ਤਾਂ ਬਈ ਚੱਸ ਆ ਗਈ। ਜਦੋਂ ਮਾਂ ਜੀ ਨੇ ਸੁਬਹ ਉੱਠ ਕੇ ਆਪਦੇ ਖੁਦ ਬ ਖੁਦ ਨਮਾਜ਼ ਪੜ੍ਹੀਏ ਜਾੜੂਣ ਲੱਗ ਪਏ ਨੇ, ਮੈਂ ਕਿਹਾ ਵੀ ਚੱਸ ਬੱਜ ਗਈ। ਅਤੇ ਅੱਜ ਦਾ ਜੀ ਸੁਬਹ ਦਾ ਨਾਸ਼ਤਾ ਸਾਡਾ ਅਚਾਰ ਨਾਲ ਹੈ, ਅਚਾਰ ਖਾਂਦੇ ਹਾਂ ਤਾਂ ਬਈ ਮਜ਼ਾ ਕਰਨੇ ਹੈ ਕਿਉਂਕਿ ਸਾਲਣ ਤਾਂ ਪਕਾਏ ਨਹੀਂ ਕੱਲ ਵੀ ਅਤੇ ਪਰਸੋਂ ਵੀ, ਅਤੇ ਅਚਾਰ ਅਤੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਮੰਗ ਮੰਗ ਕੇ ਜਿਹੜਾ ਅਸੀਂ ਸਾਲਣ ਖਾਂਦੇ ਪਿਆ, ਅਤੇ ਮੈਂ ਕਿਹਾ ਅੱਜ ਵੀ ਜਿਹੜਾ ਸਾਲਣ ਰਾਤ ਨੂੰ ਉਹਨਾਂ ਕੋਲ ਹੀ ਪਕਾਇਆ ਸੀ। ਬਸ ਚਾਚੇ ਕਵਰ ਨੂੰ ਆ ਗਿਆ ਅਤੇ ਉਹ ਬਸ ਖਾ ਖੋ ਲਿਆ। ਅਤੇ ਅੱਗੇ ਜਿਹੜਾ ਮੇਰਾ ਵਲੌਗ ਇੱਕ ਬਣਿਆ ਹੋਇਆ ਕਿ ਜਿਹਦੇ 'ਚ ਨਾ ਮਾਂ ਜੀ ਨਾ ਥੋੜ੍ਹਾ ਜਿਹਾ ਨਾ ਇਹ ਬਿਮਾਰ ਹੈ ਲੇਕਿਨ ਅੱਜ ਨੈੱਟ ਨਹੀਂ, ਉਹ ਇਸ ਵਜ੍ਹਾ ਨਾਲ ਅਪਲੋਡ ਨਹੀਂ ਹੋਇਆ, ਉਹ ਵੀ ਨਾ ਨਾਲ ਨਾਲ ਅਪਲੋਡ ਹੋਣਾ। ਕਿਉਂ ਆ ਜੀ? ਅਤੇ ਹੁਣ ਤੁਹਾਡਾ ਕੀ ਵਿਚਾਰ ਹੈ, ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਦੇ ਧੀਆਂ ਪੁੱਤਰਾਂ ਨੂੰ ਵੀ ਮੈਂ ਠੀਕ ਹਾਂ, ਮੈਨੂੰ ਕੀ ਚੀਜ਼ ਦੀ ਜ਼ਰੂਰਤ ਦੱਸੋ ਜੀ? ਮਾਂ ਜੀ ਅੱਛਾ ਕਮਜ਼ੋਰੀ ਹੋ ਗਈ ਅਤੇ ਇਹਦੇ ਵਾਸਤੇ ਦੇਸੀ ਚੂਚੇ ਚਾਹੀਦੇ ਨੇ। ਚੰਗੀ ਗੱਲ ਹੈ ਪਏ ਰਹਿੰਦੇ ਹੋ ਤੇ ਚੂਚੇ ਆ ਪਏ, ਕਿਉਂਕਿ ਅਸੀਂ ਤਾਂ ਫਿਰ ਇੰਨੇ ਕੋ ਪੈਸੇ ਵੀ ਨਹੀਂ ਕਿ ਜਿਹੜੇ ਚੂਚੇ ਲੈ ਕੇ ਮਾਂ ਜੀ ਨੂੰ ਖਵਾ ਲਈਏ। ਅੱਲਾ ਹੈ ਔਰ ਅੱਲਾ ਜਿਹੜਾ ਮੈਨੂੰ ਕੋਈ ਨਾ ਕੋਈ ਮੇਰਾ ਰਸਤਾ ਜਿੰਨਾ ਇਨਸ਼ਾਅੱਲਾ ਨਿਕਾਲੇਗਾ, ਮੈਨੂੰ ਅੱਲਾ ਤਾਲਾ 'ਤੇ ਭਰੋਸਾ ਹੈ ਕਿ ਅੱਲਾ ਤਾਲਾ ਮੇਰਾ ਕੋਈ ਨਾ ਕੋਈ ਰਸਤਾ ਨਿਕਾਲ ਦਿੰਦਾ। ਅਤੇ ਇੱਧਰ 'ਚ ਪਿਆ ਮਟਕਾ, ਮਟਕੇ 'ਚ ਮਿਜਾਨ ਕੋਲੇ ਜੇ ਮੁੱਗ ਹੈ
ਚਲੋ ਜੀ ਮੰਮੀ ਜਨਾ ਇੱਥੇ ਬੈਠਾ ਪੀੜ ਤੇ ਉੱਪਰ ਸਕੂਨ ਆਰਾਮ ਕਰਦਾ ਪਿਆ। ਭੁੱਖ ਲੱਗੀ ਖਲੀ ਹੈ ਕਿਉਂਕਿ ਮੇਰੇ ਜਿਹੜੇ ਯਾਰ ਦੋਸਤ ਨੇ ਨਾ ਉਹ ਮੈਨੂੰ ਤਕਰਿਆ ਅੱਗੇ ਉਹਨਾਂ ਬਈ ਨਾਸ਼ਤੇ ਨੁਸ਼ਤੇ ਕਰਕੇ ਆਰਾਮ ਸਕੂਨ ਨਾਲ ਬੈਠੇ ਨੇ। ਔਰ ਜੀ 11 ਵੱਜ ਗਏ ਨੇ ਔਰ ਸਾਡਾ ਹੁਣ ਨਾਸ਼ਤਾ ਹੈ। ਬੰਦਿਆਂ ਦੇ ਹੁੰਦੇ ਨੇ 6 ਵਜੇ ਨਾਸ਼ਤਾ, ਸਾਡਾ 11 ਵਜੇ ਹੁੰਦਾ ਫਿਰ ਦੇਖ ਲਓ। ਅਤੇ ਅਜੇ ਤੱਕ ਸਾਡੀ ਜਿਹੜੀ ਅੱਗ ਹੈ ਨਾ ਉਹ ਮਚਲਣ ਦਾ ਨਾਮ ਹੀ ਨਹੀਂ ਲੈਂਦੀ ਪਈ, ਮਚਦੀ ਨਹੀਂ ਪਈ, ਬਸ ਜ਼ਲੀਲ ਅਤੇ ਤੰਗ ਹੋਏ ਖੜੇ ਹੁੰਦੇ ਤੂੰ। ਅੱਲਾਹ ਤਾਲਾ ਠੀਕ ਠਾਕ ਨੇ, ਉਹਨਾਂ ਦੀਆਂ ਭੈਣਾਂ ਪਕਾਵਾਂ ਨਾ ਜਾਂ ਭਾਬੀਆਂ ਪਕਾਵਾਂ। ਹਾਂਜੀ ਆਪਣਾ ਮੁਰੱਲਾ ਦਾ ਸਾਰਾ ਹੈ। ਹਾਂਜੀ ਠੀਕ ਹੈ, ਕਿਉਂਕਿ ਨਾ ਜੀ ਫਿਰ ਮੈਂ ਤਾਂ ਫਿਰ ਸੁਬਹ ਸੁਬਹ ਨਾਲ ਹੀ ਵਾਕ 'ਤੇ ਨਿਕਲ ਗਿਆ, ਘੰਟਾ ਡੇਢ ਉੱਧਰ ਗੁਜ਼ਾਰ ਕੇ ਆ ਗਿਆ, ਫਿਰ ਘਰ ਆਇਆ ਅਤੇ ਅੱਗੋਂ ਮਾਂ ਜੀ ਨੇ ਫਿਰ ਸਿਰਫ ਇਕੱਲਾ ਹੀ ਆਟਾ ਹੀ ਗੁੰਨਿਆ ਅਤੇ ਹੁਣ ਜਿਹੜਾ ਅਲਹਮਦੁਲਿਲਾ ਰੋਟੀਆਂ ਨੂੰ ਲੱਗ ਪੈਣ ਅਤੇ ਛੱਲੀ ਸਾਡੀ ਜਿਹੜਾ ਉਹ ਉੱਦਾਂ ਹੀ ਪਈ ਆ, ਉਹ ਵੇਖ ਲਓ ਜੀ ਜਮਾਂ ਜੀ ਉਹਨੂੰ ਅਸੀਂ ਜਿਹੜਾ ਇਹ ਕੀ ਹੁਣ ਸੱਦੇ ਨੇ ਕਿ ਯਾਨੀ ਕਿ ਪੁੰਨਿਆ ਹੀ ਕੋਈ। ਅਗਰ ਜੇ ਨਮਕ ਦੇ ਵਿੱਚ ਛੱਲੀ ਪੁੰਨ ਕੇ ਖਾਣ ਦਾ ਆਪਣਾ ਮਜ਼ਾ, ਤੁਸੀਂ ਵੀ ਕਹਿਣਾ ਬਖਤੂ ਪੀਰ ਰੀਤ ਬਹਿ ਕੇ ਸਾਰੀਆਂ ਗੱਲਾਂ ਸਮਝਾਈ ਜਾਂਦੀ। ਪਾਣ ਦਾ ਗਲਾਸ ਹੱਥ ਕਰਨੇ ਹੈ ਅਤੇ ਆਪਦੀ ਰੋਟੀ ਵੱਲ ਜਾਂਦੇ ਹਾਂ। ਰੋਟੀ ਮੇਰੀ ਮਾਸ਼ਾਅੱਲਾ ਜੀ ਪੱਕ ਗਈ ਹੈ, ਤੁਸੀਂ ਵੀ ਖਾਣਾ ਚਾਹੁੰਦੇ ਹੋ ਤਾਂ ਆਓ ਜੀ 7 ਬਿਸਮਿਲ੍ਲਾ ਜੀ 100 ਬਿਸਮਿਲ੍ਲਾ ਮਿਲ ਕੇ ਖਾਂਦੇ ਹਾਂ, ਇਕੱਠੇ ਖਾਂਦੇ ਹਾਂ, ਆ ਜਾਓ ਜੀ ਪਕੜਾ ਦਿਓ ਮਾਂ ਜੀ ਉਹ ਪੱਕ ਗਈ ਇਹ ਰੋਟੀ, ਤੁਸੀਂ ਰੱਖੋ ਪਰਾਂ ਜਿਹੜੀ ਹੈਗੀ ਹੈ ਦਿਨ ਦੇ ਆ ਸੁਬਹ ਦੇ ਮਿਲਦੇ ਹੋ। ਸੁਬਹ ਦੇ ਨਾਸ਼ਤਾ ਪਰਾਂਠਾ ਆ ਗਿਆ ਜੀ ਔਰ ਇੱਧਰ ਆ ਗਿਆ ਜੀ ਅਚਾਰ, ਖਾਣਾ ਚਾਹੁੰਦੇ ਹੋ ਜੀ 7 ਬਿਸਮਿਲ੍ਲਾ ਜੀ 100 ਬਿਸਮਿਲ੍ਲਾ ਮਿਲ ਕੇ ਖਾਂਦੇ ਹਾਂ, ਇਕੱਠੇ ਖਾਂਦੇ ਹਾਂ, ਆ ਜਾਓ ਜੀ। ਅਤੇ ਜੀ ਤੁਹਾਨੂੰ ਵੀ ਲੱਗਦਾ ਪਹਿਲਾਂ ਅਜੀਬ ਜਿਹਾ ਕਿ ਬਖਤੂ 3 ਦਿਨ ਹੋ ਗਏ ਨੇ ਅਚਾਰ ਨਹੀਂ ਖਾ ਰਿਹਾ, ਬਈ ਮਜਬੂਰੀਆਂ ਨੇ ਖਾਣਾ ਪੈਂਦਾ। ਸ਼ੁਕਰ ਜੀ ਗਾਇਸ ਤਕਰੀਬਨ ਜੀ ਵੈਲਕਮ ਬੈਕ ਇੱਕ ਵਾਰ ਦੁਬਾਰਾ ਫਿਰ, ਕਿਉਂਕਿ ਨਾ ਰਾਤ ਦੇ ਤਕਰੀਬਨ 9 ਵੱਜ ਗਏ ਨੇ ਅਤੇ ਮੈਂ ਵਲੀਮਾ ਖਾ ਕੇ ਅਤੇ ਹੁਣ ਆਇਆ ਅਤੇ ਮੈਂ ਹੁਣ ਵੀਡੀਓ ਐਡਿਟ ਕੀਤੀ ਹੈ ਔਰ ਵਲੌਗ ਦਾ ਜਿਹੜਾ 2-3 ਵਲੌਗ ਹੋ ਗਏ ਨੇ ਮੈਂ ਐਂਡ ਕਦੇ ਵੀ ਨਹੀਂ ਕੀਤਾ, ਕਿਉਂਕਿ ਮੈਂ ਕਹਿੰਦਾ ਵੀ ਮੈਂ ਜਿਹੜਾ ਵੀਡੀਓ ਵੀ ਐਡ ਕਦੇ ਨਾ ਕਰਾਂ, ਲੇਕਿਨ ਫਿਰ ਮੈਂ ਮੇਰੇ ਵੀਵਰ ਕਹਣਗੇ ਵੀ ਅਗਲਾ ਨੈਕਸਟ ਥੋੜ੍ਹਾ ਜਿਹਾ ਵਲੌਗ ਹੋਵੇ ਹੋਰ ਵਲੌਗ ਹੋਵੇ, ਮੈਂ ਕਿਹਾ ਜੀ ਮੈਂ ਜਿਹੜਾ ਆਪਣੇ ਬੈਨਾਂ ਬਿਰਾਂ ਨੂੰ ਦੱਸ ਦੇਵਾਂ ਕਿ ਮੇਰਾ ਵਲੌਗ ਜਿਹੜਾ ਇੱਥੇ ਹੁਣ ਖਤਮ ਹੋ ਰਿਹਾ ਔਰ ਨੈਕਸਟ ਵਲੌਗ ਚੱਲਾਂਗੇ ਇਨਸ਼ਾਅੱਲਾ ਸੁਬਹ ਇਨਸ਼ਾਅੱਲਾ ਕਿਸੇ ਦੀ ਵਲਾਗ ਘਰ ਆ ਬਰ ਵੇਖ ਰਹੀ ਹੈ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਬਖਤੂ ਮਸਕੀਨ ਨੂੰ ਦੁਆਵਾਂ 'ਚ ਜ਼ਰੂਰ ਯਾਦ ਰੱਖਣਾ, ਤਬਤ ਕਰੀ ਅੱਲਾ।